असलम जी दोस्तों कैसे हैं आप उम्मीद करता हूँ आप खरीय से होंगे अलग फसल क़रम से आज एक नई वीडियो शुरू करते हैं आज मैं ये दिखा रहा हूँ आपको गंदम का ढेर और आज हमारे साथ एक जिम्मेदार मौजूद है मोहम्मद अरफान भुट्टा दो सौ पैंठ दो सौ पैंठ चौक तहसील फोटाबाज के ये रैशी हैं दो सौ सतवंजा चौक में यहाँ पर इनका ढेरा यहाँ पर रहते हैं इनसे पूछते हैं फसल के बारे में गंदम की फसल इनकी कैसी हुई है और क्या हिसाब क्या है गंदम का आज जी अरफान भुटा साहब क्या हाल हैं आपके ठीक ठाक भाई जी तुझे सुनाओ ਅਸੀਂ ਖਰੀਆਂ ਦੇ ਨਾਲ ਬਿਲਕੁਲ ਠੀਕ ਠਾਕ ਹੈ ਤੁਸੀਂ ਸੁਣਾਓ ਜੀ ਇਹ ਫਸਲ ਗੰਧਮ ਦੀ ਤੁਸੀਂ ਗੰਧਮ ਕੱਢ ਲਈ ਸਰ ਬਾਈ ਜੀ ਕੱਢ ਲਈ ਕਣਕ ਅੱਜੀ ਕੱਟੀ ਅੱਜੀ ਕੱਢੀ ਤੇ ਕੀ ਰੇਟ ਸ਼ੇਡ ਸਰ ਗੰਧਮ ਦਾ ਗੰਧਮ ਦਾ ਰੇਟ ਬਹੁਤ ਲੋ ਹੈ ਅੱਛਾ ਜੀ 1700 1750 ਰੇਟ ਦੇ ਰਹੇ ਗੋਰ ਗੰਧਮ ਐਸ ਕੀ ਹੋਈ ਨਹੀਂ ਅੱਛਾ ਜੀ ਅੱਗੇ 40 45 ਮਣ ਕਿੱਲੇ ਦੀ ਨਿਕਲਦੀ ਹੈ ਪੈਲੀ ਦੀ ਐਸ ਕੀ ਆਈ 35 ਮਣ ਦੀ ਐਵਰੇਜ ਆ ਰਹੀ ਉਹਦਾ ਰੇਟ ਕਮ ਹੈ ਠੇਕਾ ਜ਼ਿਆਦਾ ਹੈ ਖਰਚਾ ਵੀ ਜ਼ਿਆਦਾ ਹੈ ਅੱਛਾ ਜੀ ਠੇਕਾ ਕੀ ਚੱਲ ਰਿਹਾ ਤੁਹਾਡੇ ਇੱਥੇ ਠੇਕਾ ਇੱਥੇ ਚੱਲ ਰਿਹਾ 50 ਤੋਂ 55 ਹਜ਼ਾਰ ਇੱਕ ਕਿੱ ਤੇ ਉਸ ਪਾਣੀ ਮੋਰ ਦੇ ਮੁੱਲ ਲਾਰਾ ਉਸ ਅਦਾਸ ਕੀ ਘਟ ਆਈ ਅੱਛਾ ਜੀ ਬੜੀ ਜ਼ਿਆਦਾ ਘਟ ਆਈ ਬਾਰਿਸ਼ ਹਨੇਰ ਦੀ ਵਜ੍ਹਾ ਨਾਲ ਨਾ ਕਣਕਾਂ ਡੇਗ ਪਈਆਂ ਅੱਛਾ ਤੇ ਉਸ ਦੀ ਵਜ੍ਹਾ ਨਾਲ ਜਿਹੜਾ ਇਹ ਔਸਤ ਘਟ ਆਈ ਠੀਕ ਜੇ ਕਣਕਾਂ ਡਿੱਗੇ ਨਾ ਤੇ ਮੋਰ 40 45 ਮਣ ਨਿਕਲ ਜਾਵੇ ਉਸ ਦੀ ਬਹੁਤ ਔਸਤ ਘਟ ਆ ਰਹੀ ਕਿਤੇ ਕਿਤੇ ਕਿਸੇ ਏਰੀਆ ਚੋਲਸਾਨ ਵਾਲ ਸਾਈਡ ਤੇ 22 ਮਣ ਕਣਕ ਦੀ ਔਸਤ ਆ ਰਹੀ 15 ਮਣ ਆ ਰਹੀ ਠੀਕ ਇਹ ਆਬਾਦੀ ਦੀ ਜਿਹੜੀ 265 ਦੀ ਕਣਾ ਕੇ ਹਕੜਾ ਦੀ ਇਹ ਮੁੜ ਵੀ ਠੀਕ ਰਹਿ ਰਹੀ ਸੀ 35 ਮਣ 40 ਮਣ ਨਿਕਲ ਰਹੀ ਸੀ 35 ਮਣ ਮਗਰ ਰੇਟ ਥੋੜਾ ਹੈ ਰੇਟ ਜਿਹੜਾ 2200 ਕਣਕ ਦਾ ਹੋਣਾ ਚਾਹੀਦਾ ਹੈ ਤੁਸੀਂ ਖਾਨ ਸਾਹਿਬ ਤੁਹਾਡੇ ਅਗਰ ਵੀਡੀਓ ਦੇਖਣ ਤੇ ਉਹਨਾਂ ਦੀ ਕਰ ਤੁਸੀਂ ਕੀ ਮਤਾਲਬਾ ਕਰੋਗੇ ਖਾਨ ਸਾਹਿਬ ਅਸੀਂ ਇਹ ਗੱਲ ਕਰਨੇ ਆ ਵੀ ਜਿਹੜਾ ਨਾ ਰੇਟ 2200 2000 ਕਣਕ ਦਾ ਦਿੱਤਾ ਜਾਵੇ ਕਿਉਂ ਡੀਏਪੀ ਦਾ ਥੈਲਾ 4500 ਦੋਇਆ ਖੋਤਾ ਹੈ ਯੂਰੀਆ ਦਾ ਜਿਹੜਾ 2000 ਦੋਇਆ ਖੋਤਾ ਹੈ ਤੇ ਮਹਿੰਗਾਈ ਬੜੀ ਸਾਡੀ ਜਿੰਨਸ ਦਾ ਰੇਟ ਜਿਹੜਾ ਉਹ ਘਟੇ ਠੀਕ ਇਹ ਹਾਰਵੈਸਟਰ ਦੇ ਨਾਲ ਕੱਢੀਏ ਕਿ ਫ੍ਰੈਸ਼ ਨਾ ਕਰੀਏ ਜੀ ਜੇ ਆਪ ਵੜਦੇ ਸੀ ਤੇ ਖਾਤਾ ਮੰਗਾ ਬੰਦਾ ਹੈ ਮਸ਼ੀਨ ਤਾਂ 10000 ਰੁਪਇਆ ਇੱਕ ਪਹਿਲੀ ਤਾਂ ਦੇਤੇ ਤੇ ਇੱਕ ਗੰਜਾਈ ਗੰਜਾਈ ਕਣਕ ਡੇਗ ਪਈਏ ਹਾਲਾਤ ਬੜੇ ਖਰਾਬ ਨੇ ਤਾਂ ਵਸਦੇ ਹੈ ਜੋ ਅੱਜ ਹਾਰਵੈਸਟਰ ਘਾਤੂ ਤੇ ਮੌਸਮ ਖਰਾਬ ਹੈ ਤੇ ਇਹ ਗੰਜਾ ਲਈ ਇੱਕ ਮਿੰਟ ਠੀਕ ਇਹ 20 ਪਹਿਲੀਆਂ ਦੀ ਕੜਾ ਕੇ ਜੀ 20 ਪਹਿਲੀਆਂ ਦੀ ਕਿੰਨੀ ਕਣਕ ਹੋਈ ਸੀ ਇਹ ਵੱਧ ਤੋਂ ਵੱਧ ਕਣਕ ਹੋਈ ਤੇ ਕੋਈ 500 ਮਣ ਹੋ ਜਾਂਦੀ ਦੋਵੇਂ ਢੇਕੀਆਂ ਠੀਕ ਦੋਨੇ ਢੇਰੀਆਂ ਜਿਹੜੀਆਂ ਪੱਲੀ ਢੇਰੀ ਵੀ ਪਈ ਹੈ ਹਾਂਜੀ ਇਹ ਇਹ ਵੈਰੈਟੀ ਕਿਹੜੀ ਹੈ ਕਨਕ ਦਾ ਕਿਹੜਾ ਬੀ ਬੀਜਿਆ ਸੀ ਤੁਸੀਂ ਜੀ ਇਹ ਨਾ ਦੇ ਬੱਕਰ ਦਾ ਨਾਮ ਇਹ ਬੱਕਰ ਹੈ ਜੀ ਬੱਕਰ ਕਨਕ ਦੀ ਹਾਂ ਜੀ ਸਾਨੂੰ ਤਾਂ ਬੱਕਰ ਬਣਾ ਕੇ ਦਿੱਤੀ ਨੇ ਮਗਰ ਲੱਗਦੀ ਕੋਈ ਹੋਰ ਹੀ ਹੈ ਅੱਛਾ ਜੀ ਜੀ ਤੇ ਇਹ ਇੱਕ ਕਿਲੇ ਦੇ ਵਿੱਚ ਕਿੰਨਾ ਕੁ ਥੋੜਾ ਖਰਚਾ ਹੋ ਗਿਆ ਇੱਕ ਕਿਲੇ ਦੇ ਵਿੱਚ ਖਰਚਾ ਜੀ ਠੇਕਾ ਪਾ ਵੀ ਤੇ ਫੋਟ ਕੋਈ ਨਹੀਂ ਬਚਦਾ ਅੱਛਾ ਜੇ ਨੀਰਾ ਖਰਚਾ ਖਰਚਾ ਪਾ ਆਵੀਏ ਤੇ 3000 ਰੁਪਏ ਕਿਲੇ ਦਾ ਖਰਚਾ ਹੋਊਗੀ ਇਹ ਕਿਲੇ ਦੇ ਹਾਂਜੀ ਤੇ ਕਿਲੇ ਦਿੱਤੀ 35 ਮਨ ਉਸ 72 ਕਣਕ ਦੀ ਤੇ ਬਸ ਹੁਣ ਅੱਲਾ ਹੀ ਵਾਰਸ ਹੈ ਗਰੀਬਾਂ ਦਾ ਠੀਕ ਜੀ ਚਲੋ ਜੀ ਸਾਡੀ ਗੁਜ਼ਾਰਿਸ਼ ਹੈ ਖਾਨ ਸਾਹਿਬ ਅੱਗੇ ਵੀ ਕਿ ਤੁਸੀਂ ਵੀ ਮਿਹਰਬਾਨੀ ਕਰੋ ਇਹਨਾਂ ਜ਼ਿੰਮੇਦਾਰਾਂ ਤੇ ਤੇ ਇਹ ਕਣਕ ਦਾ ਰੇਟ ਜਿਹੜਾ ਇਹ 2000 ਤੋਂ 2200 ਰੁਪਿਆ ਮੰਨ ਕੀਤਾ ਜਾਵੇ ਠੀਕ ਹੋ ਗਿਆ ਮਿਹਰਬਾਨੀ